ਨਾ ਤਾਂ ਪੁਰਾਣੀ ਪਾਰਟੀਆਂ ਦੇ ਹੋ ਸਕੇ ਨਾ ਨਵੀਆਂ ਪਾਰਟੀਆਂ ਦੇ ਹੋ ਸਕੇ। ਤੇ ਮੈਂ ਪੁੱਛਣਾ ਚਾਹੂੰਗਾ ਕਿ ਕੀ ਉਹਨਾਂ ਨੂੰ ਲੁਧਿਆਣੇ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ? ਲੁਧਿਆਣੇ ਦਾ ਬੱਚਾ ਬੱਚਾ ਕਹਿ ਰਿਹਾ ਕਿ BJP ਹਰਾਓ, ਲੁਧਿਆਣਾ ਬਚਾਓ। ਕਿਉਂਕਿ ਇਹ ਆਪ ਜਿਹੜੇ ਲੀਡਰਸ ਨੇ ਜਿਹੜੇ ਡਿਫੈਕਸ਼ਨਸ ਕਰਦੇ ਹੈ, ਟਰਨ ਕੋਟਸ ਨੇ, ਜਸਟ ਬਿਫੋਰ ਇਲੈਕਸ਼ਨ ਛਾਲ ਮਾਰ ਕੇ ਦੂਜੀ ਪਾਰਟੀ ਚਲੇ ਜਾਂਦੇ ਹੈ, ਉਹ ਲੋਕ ਅੱਜ ਉਹਨਾਂ ਨੂੰ ਪੁੱਛ ਰਹੇ ਹੈ ਕਿ ਅਸੀਂ ਕਿਹੜੀ ਗੱਲ ਦਾ ਵਿਸ਼ਵਾਸ ਕਰੀਏ? ਅਸੀਂ ਉਹ ਰਵਨੀਤ ਬਿੱਟੂ ਜੀ ਦਾ ਵਿਸ਼ਵਾਸ ਕਰੀਏ ਜਿਹੜੇ ਕਹਿੰਦੇ ਹੁੰਦੇ ਸੀਗੇ ਭਾਰਤੀ ਜਨਤਾ ਪਾਰਟੀ ਦੀਆਂ ਪੋਲਿਸੀਜ਼ ਮੂਰਖਾਨਾ ਨੇ, ਫੂਲਿਸ਼ ਨੇ, ਡੀਮੋਨੀਟਾਈਜੇਸ਼ਨ ਵਰਗੀਆਂ, GST ਵਰਗੀਆਂ? ਅਸੀਂ ਉਹ ਰਵਨੀਤ ਬਿੱਟੂ ਜੀ ਦਾ ਵਿਸ਼ਵਾਸ ਕਰੀਏ ਜਿਹੜੇ ਕਹਿੰਦੇ ਸੀਗੇ BJP ਅਤੇ SAD ਨੇ 10 ਸਾਲਾਂ ਦੇ ਵਿੱਚ ਇੰਡਸਟਰੀਜ਼ ਲਈ ਕੁਛ ਨਹੀਂ ਕੀਤਾ, ਸਿਰਫ ਔਰ ਸਿਰਫ ਪੈਸੇ ਬਣਾਏ ਹੈ, ਉਹ ਵੀ ਮਾਫੀਆ ਦੇ ਥਰੂ, ਡਰੱਗ ਟ੍ਰੇਡ ਦੇ ਥਰੂ, ਨਸ਼ਾ ਤਸਕਰੀ ਦੇ ਥਰੂ? ਅਸੀਂ ਉਹਨਾਂ ਦਾ ਵਿਸ਼ਵਾਸ ਕਰੀਏ? ਅੱਜ ਵਾਲੇ ਰਵਨੀਤ ਬਿੱਟੂ ਦਾ ਵਿਸ਼ਵਾਸ ਕਰੀਏ? ਤੀਜੀ ਗੱਲ ਇਹ ਹੈ ਕਿ ਬਿੱਟੂ ਸਾਹਿਬ ਦਾ ਤਾਂ ਇਹ ਵੀ ਬਿਆਨ ਹੈ BJP ਦੇ ਲੀਡਰ ਮੁਤੱਲਕ ਕਿ ਇਹਦੇ ਜੁੱਤੀ ਲਾ ਕੇ ਨਾ ਮਾਰਾਂ ਮੈਂ ਸਿਰ 'ਤੇ, ਮੈਂ ਤਾਂ ਇਹਦੇ ਨਾਲ ਬੈਠਣਾ ਠੀਕ ਨਹੀਂ ਸਮਝੂਗਾ। ਅੱਜ ਉਹੀ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਨਾਲ ਮਿਲਣਾ, ਉਹਨਾਂ ਨਾਲ ਜੁੜਨਾ, ਉਹ ਪਾਰਟੀ ਜਾਣਾ, ਉਹਦਾ ਪਰਿਵਾਰ ਬਣਨਾ ਜਿਹਨੇ ਕਦੇ ਪੰਜਾਬ ਨੂੰ ਆਪਦਾ ਪਰਿਵਾਰ ਨਹੀਂ ਸਮਝਿਆ, ਇਹ ਉਹ ਭਾਰਤੀ ਜਨਤਾ ਪਾਰਟੀ ਹੈ, ਉਹ ਮੋਦੀ ਦਾ ਪਰਿਵਾਰ ਹੈ ਜਿਹਨੇ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਕਦੇ ਆਪਦਾ ਪਰਿਵਾਰ ਦਾ ਹਿੱਸਾ ਨਹੀਂ ਸਮਝਿਆ। ਇਹਨਾਂ ਨੇ ਹਿੱਸਾ ਸਮਝਿਆ ਤਾਂ ਸਿਰਫ ਔਰ ਸਿਰਫ ਅਮੀਰਾਂ ਨੂੰ, ਕਰਪਟ ਨੂੰ, ਪਾਵਰਫੁੱਲ ਨੂੰ ਅਤੇ ਪੋਲੀਟੀਸ਼ੀਅਨਸ ਨੂੰ। ਕਦੇ ਜਗ੍ਹਾ ਨਹੀਂ ਦਿੱਤੀ ਗਰੀਬ ਨੂੰ, ਕਦੇ ਜਗ੍ਹਾ ਨਹੀਂ ਦਿੱਤੀ ਕਿਸਾਨਾਂ ਨੂੰ, ਕਦੇ ਜਗ੍ਹਾ ਨਹੀਂ ਦਿੱਤੀ ਸਿੱਖਾਂ ਨੂੰ, ਪੰਜਾਬੀਆਂ ਨੂੰ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਕਾਦਤ ਹੈ। ਜੇ ਤਾਂ ਤੁਸੀਂ ਇਹਨਾਂ ਦੀ ਸਰਕਾਰ ਬਣਾਓਗੇ ਤਾਂ ਠੀਕ ਹੈ, ਫਿਰ ਨਹੀਂ ਇਹ ਤੁਹਾਡੇ ਨਾਲ ਮਤਰੇਈ ਮਾੜਾ ਸਲੂਕ ਕਰਨਗੇ, ਤੁਹਾਡੇ ਨਾਲ ਵਿਤਕਰਾ ਕਰਨਗੇ। ਪੰਜਾਬ ਨਾਲ ਕੀ ਨਹੀਂ ਕੀਤਾ ਇਹ BJP ਨੇ, ਜਿਹਦੇ ਅੱਜ ਕੈਂਡੀਡੇਟ ਬਣੇ ਆ ਬਿੱਟੂ ਸਾਹਿਬ? ਇਹ ਉਹ BJP ਹੈ ਜਿਹਨੇ ਸਾਡਾ RDF ਦਾ ਪੈਸਾ ਰੋਕਿਆ, ਸਾਡਾ NHM ਦਾ ਪੈਸਾ ਰੋਕਿਆ, ਸਾਡਾ SCA ਦਾ ਪੈਸਾ ਰੋਕਿਆ, ਸਾਡੀ ਝਾਕੀ ਤੱਕ ਨਹੀਂ ਨਿਕਲਣ ਦਿੱਤੀ ਰਿਪਬਲਿਕ ਡੇ ਵਾਲੇ ਦਿਨ। ਪੰਜਾਬ ਦੀਆਂ ਸ਼ਹਾਦਤਾਂ, ਪੰਜਾਬ ਦੇ ਕਲਚਰਸ, ਪੰਜਾਬ ਦੇ ਟ੍ਰੈਡੀਸ਼ਨਸ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ BJP ਜਾ ਕੇ ਰਵਨੀਤ ਬਿੱਟੂ ਜੀ ਸ਼ਾਮਿਲ ਹੋ ਜਾਂਦੇ ਆ, ਭੁਲਾ ਦਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਕੀ ਕੀਤਾ ਪੰਜਾਬ ਦੇ ਨਾਲ। ਇਹ ਉਹ BJP ਹੈ ਜਿਹਦੇ ਖਿਲਾਫ਼ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਸੀ ਬਿੱਟੂ ਸਾਹਿਬ, ਅਸੀਂ ਉਹ ਰਵਨੀਤ ਬਿੱਟੂ ਦਾ ਵਿਸ਼ਵਾਸ ਕਰੀਏ ਜਾਂ ਅੱਜ ਵਾਲੇ ਰਵਨੀਤ ਬਿੱਟੂ ਦਾ ਵਿਸ਼ਵਾਸ ਕਰੀਏ? ਇਹ ਦੱਸਣ ਸਾਨੂੰ ਬਿੱਟੂ ਸਾਹਿਬ ਕਿ ਬਿੱਟੂ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਦੇ ਸ਼ਬਦਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ? ਜਿਹੜੀਆਂ ਚੀਜ਼ਾਂ ਉਹਨਾਂ ਨੇ ਪਹਿਲਾਂ ਕਹੀਆਂ ਉੱਥੇ ਦਿੱਲੀ 'ਚ ਬਹਿ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ BJP ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼, ਅਤੇ ਉਹੀ ਕਾਲੇ ਖੇਤੀ ਕਾਨੂੰਨਾਂ ਕਰਕੇ ਸਾਡਾ 700 ਕਿਸਾਨ ਭਰਾ ਤਾਂ ਸ਼ਹੀਦ ਹੋਇਆ ਹੀ ਹੋਇਆ, ਇੱਕ ਸਾਲ ਖਰਾਬ ਹੋਇਆ ਹੀ ਹੋਇਆ, ਅਤੇ ਉਹਨਾਂ ਕਰਕੇ ਸਾਡਾ ਜਵਾਨ ਕਿਸਾਨ ਭਰਾ ਹਾਲ ਹੀ ਦੇ ਵਿੱਚ ਸ਼ੁਭਕਰਨ ਵੀ ਸ਼ਹੀਦ ਹੋਇਆ। ਪ੍ਰਿਤਪਾਲ ਕਿੰਨੇ ਦਿਨ ਉਹ PGI 'ਚ ਦਾਖਲ ਰਿਹਾ, ਬੋਲ ਨਹੀਂ ਪਾ ਰਿਹਾ ਸੀਗਾ, ਅਤੇ ਉਹਦੇ ਬਾਵਜੂਦ ਉਹ ਪਾਰਟੀ ਦਾ ਹੱਥ ਫੜਨਾ, ਜਿਹੜਾ ਕਮਲ ਮਰਝਾਉਣ ਲੱਗਿਆ ਉਹ ਪਾਰਟੀ 'ਚ ਜਾ ਕੇ ਸ਼ਾਮਿਲ ਹੋਣਾ, ਇਹਦਾ ਹੁਣ ਉਹ ਗੱਲ ਹੋਊਗੀ ਹਮ ਤੋ ਡੂਬੇਂਗੇ ਸਨਮ ਤੁਮੇ ਵੀ ਲੇ ਡੂਬੇਂਗੇ। ਇਹ ਉਹ ਡਬਲ ਇੰਜਨ ਵਾਲੀ ਟ੍ਰੇਨ ਹੈ ਜਿਹਦੇ ਆਲਰੇਡੀ ਬਹੁਤ ਸਾਰੀਆਂ ਸਵਾਰੀਆਂ ਛਾਲ ਮਾਰ ਕੇ ਉਧਰਲੇ ਪਾਸੇ ਚਲੀਆਂ ਗਈਆਂ, ਵੱਡੀਆਂ ਵੱਡੀਆਂ ਪਾਰਟੀਆਂ ਲੀਡਰ ਛੱਡ ਦਿਉ, JJP, AIADMK, ਸੰਤਾ ਪਾਰਟੀ। ਮੈਂ ਬੇਨਤੀ ਕਰੂੰਗਾ ਭਰਾਵਾਂ ਨੂੰ ਕਹਿਣ ਲਈ, ਇੱਥੇ ਥੋੜ੍ਹਾ ਹੈ, ਪਲੀਜ਼ ਰੌਲਾ ਨਾ ਪਾਇਓ। ਸੋ ਬੇਨਤੀ ਇਹ ਹੈ ਕਿ JJP ਤੋਂ ਲੈ ਕੇ AIADMK, ਸੰਤਾ ਪਾਰਟੀ, SAD, SAD ਸੰਯੁਕਤ ਸਾਰੇ ਦਾ ਛੱਡ ਗਏ, ਬਿੱਟੂ ਸਾਹਿਬ ਇਕੱਲੇ ਇੱਕ ਡਾਇਰੈਕਸ਼ਨ 'ਚ ਚੱਲ ਵੜੇ BJP ਵੱਲ। ਉਹ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੇ 4 ਲੀਡਰ ਕਰਨਾਟਕਾ ਛੱਡ ਕੇ ਕਾਂਗਰਸ ਸ਼ਾਮਿਲ ਹੋਏ,
ਤਿੰਨ ਜਾਣੇ ਮਣੀਪੁਰ ਛੱਡ ਕੇ ਬੀਜੇਪੀ ਕਾਂਗਰਸ ਸ਼ਾਮਿਲ ਹੋਏ। ਰਾਜਸਥਾਨ ਦੇ 2 ਟਰਮ MP ਬੀਜੇਪੀ ਛੱਡ ਕੇ ਕਾਂਗਰਸ ਸ਼ਾਮਿਲ ਹੋਏ। ਹਰਿਆਣਾ 'ਚ 1 ਟਰਮ MP ਬੀਜੇਪੀ ਛੱਡ ਕੇ ਕਾਂਗਰਸ ਸ਼ਾਮਿਲ ਹੋਏ, ਤਾਂ ਬਹੁਤ ਸਾਰੇ ਹੋ ਰਹੇ ਆ ਅਤੇ ਹੋਰ ਹੁੰਦੇ ਰਹਿਣਗੇ, ਕਿਉਂਕਿ ਬੀਜੇਪੀ 'ਚ ਲੋਕਤੰਤਰ ਨਹੀਂ, ਬੀਜੇਪੀ 'ਚ ਡੰਡਾ ਤੰਤਰ ਹੈ। ਅਤੇ ਤਾਂ ਹੀ ਕਰਕੇ ਇਹਨਾਂ ਦੇ ਆਪਦੇ ਲੀਡਰਸ ਵਾਇਰਲ ਆਡੀਓਜ਼ ਦੇ ਵਿੱਚ ਆਪਦੇ ਹੀ ਲੀਡਰਾਂ ਨੂੰ, ਆਪਦੇ ਪ੍ਰਧਾਨਾਂ ਨੂੰ, ਆਪਦੇ PM ਕੈਂਡੀਡੇਟਸ ਨੂੰ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ, ਉਹਨਾਂ ਦੀ ਆਲੋਚਨਾ ਕਰਦੇ ਖੁੱਲ੍ਹੇਆਮ ਸ਼ਰਿਆਮ। ਗੱਲ ਇਹ ਹੈ ਕਿ ਜਿਹੜੀ ਓਵਰਨਾਈਟ ਆਈਡੀਓਲੋਜੀ ਬਦਲਦੇ ਆ ਲੀਡਰ, ਸਵਾਲ ਇਹ ਹੈ ਲੁਧਿਆਣੇ ਦੇ ਲੋਕਾਂ ਦਾ। ਸੋ ਲੁਧਿਆਣੇ ਦੇ ਆ ਲੋਕਾਂ ਨੇ ਲਾਲ ਡਾਇਰੀ ਲਾ ਲਈ ਹੈ, ਸੁਖਬੀਰ ਬਾਦਲ ਸਾਹਿਬ ਵਾਲੀ ਨਹੀਂ, ਦੂਜੀ। ਉਹ ਲਾਲ ਡਾਇਰੀ ਦੇ ਵਿੱਚ ਲਾਲ ਹਾਈਲਾਈਟਰ ਦੇ ਨਾਲ ਰਵਨੀਤ ਬਿੱਟੂ ਜੀ ਦਾ ਨਾਂ ਲਿਖ ਲਿਆ, ਅਤੇ ਨਾਲੇ ਇਹ ਲਿਖਿਆ ਵੀ ਇਹਨਾਂ ਦੀ ਜ਼ਮਾਨਤ ਜ਼ਬਤ ਕਰਾਂਗੇ, ਕਿਉਂਕਿ ਓਵਰਨਾਈਟ ਆਈਡੀਓਲੋਜੀ ਤਾਂ ਬਦਲੀ ਬਦਲੀ। ਜਿਹਨਾਂ ਨਾ ਤਾਂ ਪੁਰਾਣੀ ਪਾਰਟੀ ਦੇ ਨਾਲ ਖੜ ਸਕੇ ਹੋ ਸਕੇ, ਅਤੇ ਨਾ ਹੀ ਜਿਹੜੀ ਨਵੀਂ ਪਾਰਟੀ 'ਚ ਗਏ ਹੈ ਉਹਨਾਂ ਦੇ ਹੋ ਸਕੇ। ਸੋ ਦੇਅਰਫੋਰ ਜਵਾਬ ਇਹਨਾਂ ਨੂੰ ਲੁਧਿਆਣੇ ਦੇ ਲੋਕ ਦੇਣਗੇ ਆਉਣ ਵਾਲੇ ਕੁਛ ਹੀ ਦਿਨਾਂ ਦੇ ਵਿੱਚ। ਅਤੇ ਅਹਿਸਾਸ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਦਾ ਕੁਛ ਨਹੀਂ ਬਣਿਆ, ਫੋਰਮਰ CM ਜਾਖੜ ਸਾਹਿਬ ਵਰਗਿਆਂ ਦਾ ਕੁਛ ਨਹੀਂ ਬਣਿਆ। ਉਹ ਲੋਕ ਕਹਿੰਦੇ ਸੀਗੇ ਜੀ ਕੈਪਟਨ ਸਾਹਿਬ ਚਲੇ ਗਏ, ਮੁੱਖ ਮੰਤਰੀ ਸੀਗੇ ਕੈਪਟਨ ਸਾਹਿਬ, ਅੱਜ ਨਾ ਤਾਂ MP ਨੇ, ਨਾ MLA ਨੇ, ਨਾ ਹੀ ਕੁਛ ਹੋਰ ਨੇ, ਕੋਈ ਅਹੁਦਾ ਹੈ BJP 'ਚ ਉਹਨਾਂ ਕੋਲੇ। ਅਤੇ ਜੇ ਕੈਪਟਨ ਸਾਹਿਬ ਦਾ ਫੋਰਮਰ CM ਦਾ ਕੁਛ ਨਹੀਂ ਬਣਿਆ ਤਾਂ ਰਵਨੀਤ ਬਿੱਟੂ ਜੀ ਦਾ ਕੀ ਬਣਨਾ? ਇਹ ਚੀਜ਼ ਤੁਸੀਂ ਅਸਲੀਅਤ ਦੇ ਵਿੱਚ ਤਬਦੀਲ ਹੁੰਦੇ ਬਹੁਤ ਜਲਦੀ ਦੇਖੋਗੇ, ਐਂਡ ਟਾਈਮ ਵਿਲ ਟੈਸਟੀਫਾਈ ਟੂ ਦੈਟ। ਗੱਲ ਇੰਨੀ ਕੁ ਹੈ ਕਿ ਬਿੱਟੂ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਹੈ ਉਹ ਬਿਆਨਾਂ ਨੂੰ ਲੋਕ ਪੁੱਛ ਰਹੇ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਲਈਏ। ਕਹਿੰਦੇ ਮਹਿਲਾ ਸਸ਼ਕਤੀਕਰਨ, ਸਾਡੇ ਲੀਡਰਾਂ ਦੀ ਗੱਲ ਕਰਦੇ ਹਾਂ, ਮਹਿਲਾ ਸਸ਼ਕਤੀਕਰਨ, ਵਿਮੈਨ ਐਮਪਾਵਰਮੈਂਟ, ਤੁਸੀਂ ਕਿਵੇਂ ਕਾਂਗਰਸ ਨੂੰ ਵੋਟ ਪਾ ਸਕਦੇ ਹੋ? BJP ਨੇ, ਬਿੱਟੂ ਸਾਹਿਬ ਤੁਹਾਡੀ ਪਾਰਟੀ ਨੇ ਕਿਹਾ ਸੀਗਾ ਬੇਟੀ ਬਚਾਓ ਬੇਟੀ ਪੜ੍ਹਾਓ, ਅਤੇ ਜਦੋਂ ਪੜ੍ਹਾਉਣ ਦੀ ਅਤੇ ਬਚਾਉਣ ਦੀ ਵਾਰੀ ਆਈ ਤਾਂ ਬ੍ਰਿਜ ਭੂਸ਼ਣ ਵਰਗੇ ਲੀਡਰ, ਤੁਸੀਂ BJP ਦਾ ਪਰਿਵਾਰ ਉਹਨਾਂ ਨੂੰ ਸ਼ਾਮਿਲ ਕੀਤਾ ਹੋਇਆ, ਤੁਸੀਂ ਬ੍ਰਿਜ ਭੂਸ਼ਣ ਦੇ ਬੇਟੇ ਨੂੰ ਟਿਕਟ ਦਿੰਦੇ ਹੋ, ਤੁਹਾਡੇ ਵਰਕਰਸ IIT BHU ਦੇ ਰੇਪ ਇੰਸੀਡੈਂਟ ਦੇ ਵਿੱਚ ਇਨਵੋਲਵ ਪਾਏ ਜਾਂਦੇ ਹੈ, ਬਿਲਕਿਸ ਬਾਨੋ ਦੇ ਕਨਵਿਕਟਸ ਨੂੰ BJP ਦੀ ਸਰਕਾਰ ਰਿਮਿਸ਼ਨ ਤੱਕ ਦੇ ਦਿੰਦੀ ਹੈ। ਇੰਨਾ ਪਿਆਰ, ਇਹ ਤਾਂ ਲੱਗਦਾ BJP ਦਾ ਪਰਿਵਾਰ ਸਿਰਫ ਇਹ ਜੇ ਲੋਕਾਂ ਨਾਲ ਭਰਿਆ ਹੋਇਆ ਜਿਹੜੇ ਕ੍ਰਾਈਮ ਅਗੇਂਸਟ ਵਿਮਨ ਕਰਦੇ ਆ। ਅਤੇ ਦੇਸ਼ ਦੇ ਅੰਕੜੇ ਕੀ ਕਹਿੰਦੇ ਆ, 52 ਪਰਚੇ ਮਹਿਲਾ ਮਤਲਕ ਕ੍ਰਾਈਮਸ ਦੇ ਵਿੱਚ, ਓਫੈਂਸਿਸ ਦੇ ਵਿੱਚ 1 ਘੰਟੇ 'ਚ ਹੁੰਦੇ ਆ 52 ਪਰਚੇ। ਅਤੇ ਪੰਜਾਬ ਦੀ ਵੀ ਗੱਲ ਕਰ ਲਈ, ਆਮ ਆਦਮੀ ਪਾਰਟੀ ਵੀ, ਹਾਲਾਂਕਿ ਉਹ ਰੇਸ ਨਹੀਂ ਲੁਧਿਆਣੇ 'ਚ, ਉਹਦੀ ਮੈਂ ਜ਼ਿਆਦਾ ਗੱਲ ਕਰੂੰਗਾ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਦਾ ਨਾਂ ਇੱਥੇ ਲੱਲਾ ਨਾ ਖੱਖਾ। ਇਹ ਵੀ ਕਹਿੰਦੇ ਸੀਗੇ ਜੀ ਮਹਿਲਾ ਸਸ਼ਕਤੀਕਰਨ 1000 ਕਿਹਾ ਸੀਗਾ, 1 ਰੁਪਿਆ ਤਾਂ ਦਿੱਤਾ ਨਹੀਂ ਗਿਆ, 1 ਮਹਿਲਾ ਕੈਂਡੀਡੇਟ ਨਹੀਂ ਆਮ ਆਦਮੀ ਪਾਰਟੀ ਤੋਂ ਦਿੱਤੀ ਗਈ ਪੂਰੇ ਪੰਜਾਬ 'ਚ। 13 ਦੇ 13 ਮੇਲ ਕੈਂਡੀਡੇਟਸ, 7 ਜਾਣੇ ਰਾਜ ਸਭਾ ਭੇਜੇ, 7 ਦੇ 7 ਮੇਲ, ਕੋਈ ਮਹਿਲਾ ਪ੍ਰਵਕਤਾ ਨਹੀਂ ਹੈ, ਕੋਈ ਵਾਅਦਾ ਨਹੀਂ ਡਿਲੀਵਰ ਕੀਤਾ, ਕੰਮ ਨਹੀਂ ਕੀਤਾ ਪੰਜਾਬ ਦੀਆਂ ਮਹਿਲਾਵਾਂ ਲਈ। ਸੋ ਬਿੱਟੂ ਸਾਹਿਬ ਨੂੰ BJP ਨੂੰ ਤਾਂ ਜਵਾਬ ਦੇਣਗੇ ਦੇਣਗੇ ਪੰਜਾਬ ਦੇ ਲੋਕ, ਪੰਜਾਬ ਦੀਆਂ ਮਹਿਲਾਵਾਂ, ਆਮ ਆਦਮੀ ਪਾਰਟੀ ਨੂੰ ਵੀ ਜਵਾਬ ਮਿਲੂਗਾ ਅਤੇ ਕਰਾਰਾ ਜਵਾਬ ਮਿਲੂਗਾ। ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਜਦੋਂ ਬਿੱਟੂ ਸਾਹਿਬ ਗਏ, ਕਿ ਬਿੱਟੂ ਸਾਹਿਬ ਉਹ ਤਾਂ ਕਹਿੰਦੇ ਮੈਂ ਕਿਸਾਨ ਹਿਤੈਸ਼ੀ ਹੈ, ਧਰਨਾ ਪ੍ਰਦਰਸ਼ਨ ਕਰਦੇ ਹੁੰਦੇ ਸੀਗੇ, ਕਿ ਮੋਦੀ ਸਾਹਿਬ ਨੂੰ ਪੁੱਛਿਆ ਮੋਦੀ ਸਾਹਿਬ ਜਦੋਂ ਤੁਸੀਂ ਪ੍ਰਧਾਨ ਮੰਤਰੀ ਨਹੀਂ ਬਣੇ ਸੀਗੇ, ਮੁੱਖ ਮੰਤਰੀ ਹੁੰਦੇ ਸੀਗੇ, ਅਤੇ ਤੁਸੀਂ ਕਿਹਾ ਸੀਗਾ ਸਰਦਾਰ ਮਨਮੋਹਨ ਸਿੰਘ ਜੀ ਨੂੰ ਲਿਖ ਕੇ ਕਿ MSP ਆਜ਼ ਲੀਗਲ ਗਰੰਟੀ ਦਿੱਤਾ ਜਾਣਾ ਚਾਹੀਦਾ ਹੈ। ਬਿੱਟੂ ਸਾਹਿਬ ਉਹਨਾਂ ਨੂੰ 10 ਸਾਲਾਂ 'ਚ ਤਾਂ ਯਾਦ ਆਈ ਨਹੀਂ, ਮੈਨੂੰ ਲੱਗਦਾ ਰਿਵਾਰਡ ਕੀਤਾ ਤੁਸੀਂ ਉਹ ਪਾਰਟੀ ਦਾ ਹੱਥ ਫੜ ਕੇ ਵੀ ਤੁਸੀਂ ਕਿਸਾਨਾਂ ਦੀ ਮਤਾ ਕੀਤੀ ਨਹੀਂ, ਵਾਅਦਾ ਕਰਕੇ ਮੁੱਕਰ ਗਏ, ਸੋ ਦੇਅਰਫੋਰ ਮੈਂ ਤੁਹਾਡੀ ਪਾਰਟੀ ਸ਼ਾਮਿਲ ਹੁੰਦਾ, ਇਹ ਲੱਗਦਾ। ਭਲਾ ਤਾਂ ਸਾਰਾ ਕੁਛ ਉਹਨਾਂ ਨੇ ਤਸ਼ੱਦਤਾਂ ਪੰਜਾਬ ਦਿਆਂ ਦੇਸ਼ ਦਿਆਂ ਕਿਸਾਨਾਂ ਨਾਲ ਕੀਤੀਆਂ। ਤੁਹਾਨੂੰ ਯਾਦ ਹੋਊਗਾ BJP ਦੇ MP ਜਸਕੌਰ ਮੀਨਾ ਰਾਜਸਥਾਨ ਦੇ ਕਿਸਾਨਾਂ ਨੂੰ, ਦੇਸ਼ ਦੇ ਅੰਨਦਾਤਾ ਨੂੰ ਟੈਰਰਿਸਟ ਤੱਕ ਕਹਿਤਾ ਸੀਗਾ। ਬਿੱਟੂ ਸਾਹਿਬ ਭਲਾ ਤਾਂ ਉਹ, ਮੈਂ
ਇਹ ਵੀ ਯਾਦ ਕਰਾਊਂਗਾ, ਮੋਦੀ ਸਾਹਿਬ ਨੇ ਤਾਂ ਕਿਹਾ ਹੀ ਕਿਹਾ 14 ਤੋਂ ਪਹਿਲਾਂ, 14 ਦਾ ਜਿਹੜਾ ਬੀਜੇਪੀ ਦਾ ਜੁਮਲਾ ਪੱਤਰ ਸੀਗਾ ਉਹ 'ਚ ਵੀ MSP ਦਾ ਵਾਅਦਾ ਸੀ, ਜ਼ਿਕਰ ਸੀਗਾ। ਫਿਰ ਜਦੋਂ 6 ਵਾਅਦੇ ਇਹਨਾਂ ਨੇ ਕੀਤੇ ਯੂ ਟਰਨ ਮਾਰ ਕੇ ਖੇਤੀ ਕਾਨੂੰਨਾਂ 'ਤੇ ਕਾਲਿਆਂ 'ਤੇ ਮਾਫ਼ੀ ਮੰਗ ਕੇ, ਅਤੇ ਉਦੋਂ ਇਹਨਾਂ ਨੇ ਫਿਰ ਵਾਅਦਾ ਕੀਤਾ ਸੀ MSP ਦਾ, ਕਿ ਉਹ ਵਾਅਦਾ ਡਿਲੀਵਰ ਹੋਇਆ। ਆ ਜਿਹੜਾ ਜੁਮਲਾ ਪੱਤਰ 2024 ਦਾ, ਰਵਨੀਤ ਬਿੱਟੂ ਜੀ ਵੀ ਉਹੀ ਜੁਮਲਾ ਪੱਤਰ ਦਾ ਜ਼ਿਕਰ ਕਰਦੇ ਅਕਸਰ, ਅਤੇ ਮੈਨੂੰ ਦੱਸਣ, ਰਵਨੀਤ ਬਿੱਟੂ ਜੀ ਨੂੰ ਪੁੱਛਣ ਮੇਰੇ ਭਰਾ ਸਾਰੇ ਲੁਧਿਆਣੇ ਦੇ ਵਾਸੀ ਜਿਹੜੇ, ਕਿ ਕੀ ਤੁਹਾਡੇ ਜੁਮਲਾ ਪੱਤਰ ਦੇ ਵਿੱਚ BJP ਦੇ ਵਿੱਚ MSP ਦਾ ਜ਼ਿਕਰ ਹੈ? MSP ਦਾ ਜ਼ਿਕਰ ਹੀ ਨਹੀਂ ਹੈ ਜਨਾਬ, ਡੈਟ ਵੇਵਰ ਦਾ ਜ਼ਿਕਰ ਹੀ ਨਹੀਂ ਹੈ। ਕਿਸਾਨ ਵਿਰੋਧੀ ਹੈ ਭਾਰਤੀ ਜਨਤਾ ਪਾਰਟੀ, ਅਤੇ ਆਪਾਂ ਅਕਸਰ ਦੇਖਿਆ, ਅਤੇ ਉਹਦਾ ਪੱਲਾ ਜਾ ਕੇ ਰਵਨੀਤ ਬਿੱਟੂ ਜੀ ਫੜਦੇ ਹੈ। ਅਤੇ ਰਵਨੀਤ ਬਿੱਟੂ ਜੀ ਨੂੰ ਮੈਂ ਇਹੀ ਗੱਲ ਕਹੂੰਗਾ ਕਿ ਕਦੇ ਆਪਦੀ ਪਾਰਟੀ ਨੂੰ ਖੜ੍ਹੇ ਹੋ ਕੇ ਸਵਾਲ ਕਰਿਓ ਵੀ ਤੁਸੀਂ ਕਿਸਾਨ ਵਿਰੋਧੀ ਕਿਉਂ, ਮਹਿਲਾ ਵਿਰੋਧੀ ਕਿਉਂ, ਤੁਸੀਂ ਕਿਉਂ ਨਹੀਂ ਮੇਕਸ਼ੋਰ ਕਰਦੇ ਵੀ ਪੰਜਾਬ ਦਾ ਭਲਾ ਹੋ ਸਕੇ ਪੰਜਾਬ। ਅੱਛਾ, ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਰਵਨੀਤ ਬਿੱਟੂ ਜੀ ਨੇ ਜਦੋਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ, ਉਦੋਂ ਉਦੋਂ ਇਹ ਜਦੋਂ ਇਹ ਪਾਰਟੀ 'ਚ ਉਹਨਾਂ ਦੀ ਸ਼ਾਮਿਲ ਹੋਏ, ਉਹ ਸਾਰੇ ਸਟੈਂਡਸ 'ਤੇ ਯੂ ਟਰਨ ਮਾਰਿਆ। ਤੁਹਾਨੂੰ ਇਹ ਵੀ ਗੱਲ ਯਾਦ ਹੋਊ ਕਿ 6 ਵਾਅਦਿਆਂ 'ਚੋਂ ਇੱਕ ਵਾਅਦਾ ਇਹ ਵੀ ਸੀ ਭਾਰਤੀ ਜਨਤਾ ਪਾਰਟੀ ਦਾ ਵੀ ਜਿਹੜੇ ਮਿਸ਼ਰਾ ਸਾਹਿਬ ਨੇ ਮੰਤਰੀ, ਜਿਨ੍ਹਾਂ ਦੇ ਲਾਡ ਸਾਹਿਬ ਨੇ ਲਖਨਪੁਰ ਖਿਰੀ ਦੇ ਵਿੱਚ ਸਾਡੇ ਕਿਸਾਨ ਭਰਾ ਕੁਚਲ ਕੇ ਮਾਰੇ ਸੀਗੇ, ਕਹਿੰਦੇ ਸੀਗੇ ਉਹਨਾਂ ਨੂੰ ਉਤਾਰਾਂਗੇ, ਬਰਖਾਸਤ ਕਰਾਂਗੇ। ਬਰਖਾਸਤ ਤਾਂ ਕੀਤਾ ਨਹੀਂ, ਕਿਸਾਨਾਂ ਦੇ ਨਾਲ ਮਜ਼ਾਕ ਕੀਤਾ, ਕਿਸਾਨਾਂ ਦੇ ਨਾਲ ਧਰੋ ਕਮਾਇਆ, ਉਹ ਮੰਤਰੀ ਨੂੰ ਫਿਰ ਟਿਕਟ ਦਿੱਤੀ, ਅਤੇ ਤਾਂ ਹੀ ਕਰਕੇ ਰਵਨੀਤ ਬਿੱਟੂ ਜੀ ਤੁਹਾਨੂੰ ਪਿੰਡਾਂ 'ਚ ਇਹ ਰੋਸ ਜਿਹੜਾ ਹੈ ਕਿਸਾਨਾਂ ਦਾ ਦੇਖਣਾ ਪੈ ਰਿਹਾ ਹੈ। ਇਹ ਜਿਹੜਾ ਧਰਨਾ ਪ੍ਰਦਰਸ਼ਨ ਕਿਸਾਨ ਤੁਹਾਡੇ ਖਿਲਾਫ ਕਰ ਰਹੇ ਹੈ, BJP ਦੇ ਕੈਂਡੀਡੇਟਸ ਦੇ ਖਿਲਾਫ ਕਰ ਰਹੇ ਹੈ, ਇਹ ਤਾਂ ਹੀ ਦੇਖਣਾ ਪੈ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਨਾਲ ਵਿਤਕਰਾ ਤਾਂ ਕੀਤਾ ਹੀ ਕੀਤਾ, ਤਸ਼ੱਦਦ ਤਾਂ ਢਾਈ ਢਾਈ, ਲੇਕਿਨ ਹਰੇਕ ਚੀਜ਼ ਕਹਿ ਕੇ ਭਾਰਤੀ ਜਨਤਾ ਪਾਰਟੀ ਮੁੱਕਰੀ ਵੀ। ਇਹਨਾਂ ਦੇ ਹੰਸਰਾਜ ਹੰਸ ਸਾਹਿਬ ਦਾ ਤੁਸੀਂ ਬਿਆਨ ਸੁਣਿਆ ਹੋਣਾ, ਕੀ ਕਹਿ ਰਹੇ ਕਿਸਾਨਾਂ ਮੁਤੱਲਕ, ਇਹ BJP ਦੀ ਸੋਚ ਹੈ, BJP ਦੇ ਹਰੇਕ ਕੈਂਡੀਡੇਟ ਦੀ, ਹਰੇਕ ਲੀਡਰ ਦੀ ਸੋਚ ਹੈ ਇਹ। ਉਹਨਾਂ ਦੇ ਹੰਸਰਾਜ ਹੰਸ ਸਾਹਿਬ ਰੁਕੇ, ਉਹਨਾਂ ਦੇ ਪ੍ਰਨੀਤ ਕੌਰ ਜੀ ਰੁਕੇ, ਕਿਸਾਨਾਂ ਨੇ ਨਹੀਂ ਵੜਨ ਦਿੱਤਾ, ਉਹਨਾਂ ਦੇ ਤਰਨਜੀਤ ਸੰਧੂ ਸਾਹਿਬ, ਦਿਨੇਸ਼ ਜੀ, ਅਰਵਿੰਦ ਜੀ, ਕਿੰਨੇ ਲੀਡਰ ਗਣਾਈਏ, ਅਤੇ ਇਹੀ ਹੁਣ ਰਵਨੀਤ ਬਿੱਟੂ ਜੀ ਦੇ ਨਾਲ ਹੋ ਰਿਹਾ। ਸੋ ਜਿਹੜਾ ਉਹ ਰਿਐਲਿਟੀ ਚੈੱਕ ਹੈ ਨਾ, ਜਿਹੜਾ ਗਿਲਟ ਹੁੰਦਾ, ਗਿਲਟ ਕੌਨਸ਼ੀਅੰਸ ਨੂੰ ਲੈ ਕੇ ਬਹਿ ਜਾਂਦਾ, ਉਹ ਗਿਲਟ ਹੋ ਰਿਹਾ ਰਵਨੀਤ ਬਿੱਟੂ ਜੀ ਨੂੰ ਜਦੋਂ ਦੇਖਦੇ ਹੈ ਕਿ ਆਹ ਸਾਡੇ ਕੈਂਡੀਡੇਟਸ ਨਾਲ ਹੋ ਕੀ ਰਿਹਾ, ਆਹ ਮੇਰੇ ਨਾਲ ਹੋ ਕੀ ਰਿਹਾ, ਇਹ ਅਹਿਸਾਸ ਹੁਣ ਆਲਰੇਡੀ ਸ਼ੁਰੂ ਹੋ ਗਿਆ, ਅਤੇ ਅਹਿਸਾਸ ਅਤੇ ਮੋਹਰ ਬਹੁਤ ਜਲਦੀ ਲੱਗੂਗੀ ਜਦੋਂ ਰਿਜ਼ਲਟ ਆ ਗਿਆ, ਅਤੇ ਫਿਰ ਤੁਸੀਂ ਦੇਖੋਗੇ ਕਿ ਨਾ ਘਰ ਦੇ ਅਤੇ ਨਾ ਘਾਟ ਦੇ, ਇਹ ਚੀਜ਼ ਅਸਲੀਅਤ ਦੇ ਵਿੱਚ ਤੁਸੀਂ ਤਬਦੀਲ ਹੁੰਦੇ ਦੇਖੋਗੇ। ਅਤੇ ਜਿੱਥੋਂ ਤੱਕ ਗੱਲ ਕਰਦੇ ਰਾਜਾ ਵੜਿੰਗ ਸਾਹਿਬ ਦੀ, ਰਾਜਾ ਵੜਿੰਗ ਸਾਹਿਬ ਉਹ ਲੀਡਰ ਨੇ ਜੋ ਟਰੰਪ ਕਾਰਡ ਹੈ, ਟਰੰਪ ਕਾਰਡ। ਹੁਣ ਜਿਹੜੇ ਪ੍ਰਧਾਨ, ਹੁਣ ਆਹ ਜਾਖੜ ਸਾਹਿਬ ਦੀ ਗੱਲ ਕਰ ਲਓ, ਜਾਖੜ ਸਾਹਿਬ ਇਲੈਕਸ਼ਨ ਕਰ ਰਹੇ ਕੰਟੈਸਟ? ਜਾਖੜ ਸਾਹਿਬ ਇਲੈਕਸ਼ਨ ਨਹੀਂ ਕੰਟੈਸਟ ਕਰ ਰਹੇ, ਨਾ MLA ਨਾ MP ਬਣਨ ਦੀ ਰੇਸ ਦੇ ਵਿੱਚ। ਉਹ ਕਿਉਂ? ਕਿਉਂਕਿ ਪਤਾ ਸਾਡੇ ਕੈਂਡੀਡੇਟਸ ਨਾਲ ਕੀ ਹੋ ਰਿਹਾ, ਸਾਨੂੰ ਪਿੰਡਾਂ 'ਚ ਐਂਟਰੀ ਨਹੀਂ ਅਲਾਊਡ, ਕਿਸਾਨਾਂ ਨੇ ਤਾਂ ਪੋਸਟਰ ਲਾ ਰੱਖਿਆ ਪਹਿਲਾਂ, ਸਾਨੂੰ ਨਹੀਂ ਜਾਣ ਤੁਸੀਂ ਦਿੱਤਾ ਸਾਡੀ ਰਾਜਧਾਨੀ, ਹੁਣ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ। ਇਹ ਜਾਖੜ ਸਾਹਿਬ ਨੂੰ ਪਤਾ ਸੀ, ਸੋ ਹੀ ਪਲੇਡ ਸਮਾਰਟ, ਨਹੀਂ ਇਲੈਕਸ਼ਨ ਕੰਟੈਸਟ ਕੀਤਾ, ਟਾਈਮ ਵੇਸਟ ਹੁੰਦਾ, ਰਿਸੋਰਸਿਸ ਵੇਸਟ ਹੁੰਦੀ, ਐਨਰਜੀ ਵੇਸਟ ਹੁੰਦੀ, ਹੀ ਟੁੱਕ ਦ ਸਮਾਰਟ ਵੇ। ਬਿੱਟੂ ਸਾਹਿਬ ਨੂੰ ਉਹ ਚੀਜ਼ ਦੇਖਣੀ, ਸਮਝਣੀ ਚਾਹੀਦੀ ਸੀਗੀ, ਲੇਕਿਨ ਨਹੀਂ ਸਮਝੇ, ਹੁਣ ਲੋਕ ਸਮਝਾਉਣਗੇ। ਗੱਲ ਇਹ ਹੈ ਕਿ ਜਾਖੜ ਸਾਹਿਬ ਤਾਂ ਨਹੀਂ ਕੰਟੈਸਟ ਕਰ ਰਹੇ, ਬਾਦਲ ਸਾਹਿਬ ਵੀ ਨਹੀਂ ਕੰਟੈਸਟ ਕਰ ਰਹੇ, ਸੁਖਬੀਰ ਬਾਦਲ ਸਾਹਿਬ ਉਹ ਵੀ ਨਾ MLA, ਉਹ ਵੀ ਨਾ MP, ਸਿਰਫ ਔਰ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਕੰਟੈਸਟ ਕਰ ਰਿਹਾ, ਉਹ ਰਾਜਾ ਵੜਿੰਗ।
ਉਹ ਰਾਜਾ ਵੜਿੰਗ ਜੋ ਬਲੋਕ ਪ੍ਰੈਜ਼ੀਡੈਂਟ ਤੋਂ ਪ੍ਰੈਜ਼ੀਡੈਂਟ ਬਣੇ ਪੰਜਾਬ ਕਾਂਗਰਸ ਦੇ, ਆਲ ਇੰਡੀਆ ਯੂਥ ਕਾਂਗਰਸ ਦੇ, ਆਪਦੀ ਮਿਹਨਤ ਸਦਕਾ, ਆਪਦੀ ਡੈਡੀਕੇਸ਼ਨ ਸਦਕਾ ਅਤੇ ਆਪਦੇ ਹਾਰਡਵਰਕ ਸਦਕਾ। ਅਤੇ ਜਦੋਂ ਇਹ ਕਹਿੰਦੇ ਹੈ ਵੀ ਜੀ ਤੁਸੀਂ ਉੱਧਰੋਂ ਆਏ ਹੋ ਜੀ ਇੱਧਰੋਂ ਆਏ ਹੋ, ਟਰੰਪ ਕਾਰਡ ਦਾ ਮਤਲਬ ਕੀ ਹੁੰਦਾ? ਜਿੱਥੇ ਮਰਜ਼ੀ ਖੇਡ ਦਿਓ, ਜਿੱਥੇ ਮਰਜ਼ੀ ਉਤਾਰ ਦਿਓ, ਤੁਹਾਨੂੰ ਜਿਤਾ ਦੇਣਗੇ, ਹੀ ਵਿਲ ਗੈਟ ਯੂ ਦ ਵਿਨ। ਅਤੇ ਜਿਹੜੇ ਪ੍ਰਧਾਨ ਆਪਦੀ, ਮਤਲਬ ਕਿ ਆ ਬਾਦਲ ਸਾਹਿਬ, ਜਾਖੜ ਸਾਹਿਬ, ਜਾਂ ਕਿਸੇ ਲੀਡਰ ਦੀ ਗੱਲ ਕਰ ਲਓ, ਬਿੱਟੂ ਸਾਹਿਬ ਦੀ ਗੱਲ ਕਰ ਲਓ, ਇਹ ਆਪਦੀ ਕੰਸਟੀਚੁਐਂਸੀ ਨਹੀਂ ਜਿੱਤ ਸਕਦੇ, ਆਪਦਾ ਏਰੀਆ ਨਹੀਂ ਜਿੱਤ ਸਕਦੇ, ਹੋਰ ਕਿਤੇ ਜਾ ਕੇ ਜਿੱਤਣਾ ਤਾਂ ਬੜੀ ਦੂਰ ਦੀ ਗੱਲ ਹੈ। ਉਹ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਜਿਹੜੇ ਆਪਦੀ ਕੰਸਟੀਚੁਐਂਸੀ ਜਿੱਤਣ ਦਾ ਤਾਂ ਦਮ ਰੱਖਦੇ ਹੀ ਰੱਖਦੇ ਹੈ। ਤਿੰਨ ਟਾਈਮ MLA ਬਣੇ ਬਣੇ ਹੈ, ਪ੍ਰਧਾਨ ਦੋ ਦਫ਼ਾ ਬਣੇ ਹੈ, ਪੰਜਾਬ ਕਾਂਗਰਸ ਦੀ ਵੀ, ਆਲ ਇੰਡੀਆ ਯੂਥ ਕਾਂਗਰਸ ਦੀ ਵੀ, ਅਤੇ ਲੁਧਿਆਣਾ ਜਿੱਤਣ ਦਾ ਵੀ ਦਮ ਰੱਖਦੇ ਹੈ। ਅਤੇ ਲੁਧਿਆਣਾ ਜਿੱਤ ਕੇ ਸਾਡਾ ਆਫਿਸ ਵੀ ਇੱਥੇ ਹੋਊਗਾ, ਸਾਡੀ ਰਿਹਾਇਸ਼ ਵੀ ਇੱਥੇ ਹੋਊਗੀ, ਸਾਡੇ ਵਰਕਰ, ਸਾਡੇ ਲੀਡਰਸ ਅਤੇ ਸਾਰਾ ਲੁਧਿਆਣਾ ਵਿਲ ਹੈਵ ਫੁੱਲ ਐਕਸੈਸ ਟੂ ਅਸ 24/7। ਸਭ ਦੇ ਕੰਮ ਵੀ ਹੋਣਗੇ, ਸਭ ਦੀ ਮਦਦ ਵੀ ਹੋਊਗੀ, ਸਭ ਨੂੰ ਸੁਣਿਆ ਵੀ ਜਾਊਗਾ, ਗ੍ਰੀਵੈਂਸ ਰਿਡਰੈਸਲ ਵੀ ਹੋਊ, ਬ੍ਰਿਜ ਵੀ ਬਣੂਗਾ ਸਭ ਲਈ। ਅਤੇ ਜਦੋਂ ਇਹ ਚੀਜ਼ ਹੋਊਗੀ ਤਾਂ ਸਾਰੀਆਂ ਪਾਰਟੀਆਂ ਨੂੰ ਜਿਹੜੇ ਪ੍ਰੋਪੋਗੈਂਡਾ ਕਰ ਰਹੇ ਹੈ, ਝੂਠ ਬੋਲ ਰਹੇ ਹੈ, ਉਹਨਾਂ ਨੂੰ ਜਵਾਬ ਮਿਲੂਗਾ ਕਿ ਸੱਚ ਅਤੇ ਮਿਹਨਤ ਦੇ ਦਮ 'ਤੇ ਜੋ ਚੱਲਦਾ ਹੈ ਉਹਨੂੰ ਕੋਈ ਨਾ ਤਾਂ ਦਬਾ ਸਕਦਾ ਅਤੇ ਨਾ ਹਰਾ ਸਕਦਾ। ਸੋ ਮੇਰੀ ਇੰਨੀ ਬੇਨਤੀ ਹੈ ਕਿ ਲੁਧਿਆਣੇ ਦੇ ਵਾਸੀਆਂ ਨੂੰ ਅਤੇ ਮੀਡੀਆ ਦੇ ਭਰਾਵਾਂ ਨੂੰ ਕਿ ਆ ਜਿਹੜੇ ਸਵਾਲ ਹੈ, ਜਿਹੜੇ ਇਹਨਾਂ ਨੇ ਸਟੈਂਡ ਪਹਿਲਾਂ ਲਏ ਹੈ, ਉਹ ਸਟੈਂਡ ਬਾਰੇ ਤਾਂ ਪੁੱਛ ਲਓ ਵੀ ਉਹ ਤੁਹਾਡੇ ਉਸ ਸਟੈਂਡ ਨੂੰ ਅਸੀਂ ਵੈਲਕਮ ਕਰੀਏ ਜਾਂ ਅੱਜ ਵਾਲੇ ਸਟੈਂਡ ਨੂੰ, ਜਿਹੜੀ BJP ਨੂੰ ਮੰਦਾ ਉਦੋਂ ਕਹਿੰਦੇ ਸੀਗੇ ਉਹਨੂੰ ਅਸੀਂ ਸੱਚ ਮੰਨੀਏ ਜਾਂ ਅੱਜ ਵਾਲੇ ਸਟੈਂਡ ਨੂੰ ਸੱਚ ਮੰਨੀਏ? ਉਦੋਂ ਕਾਂਗਰਸ ਚੰਗੀ ਸੀਗੀ, BJP ਮਾੜੀ ਸੀ, ਹੁਣ BJP ਚਲੇ ਗਏ ਅਤੇ BJP ਚੰਗੀ ਹੋਊਗੀ, ਕਾਂਗਰਸ ਮਾੜੀ ਹੋਊਗੀ। ਸੋ ਸਟੈਂਡ ਹੈ ਅਤੇ ਲੁਧਿਆਣਾ ਇਹ ਚੀਜ਼ ਦੇਖ ਰਿਹਾ, ਸਮਝ ਰਿਹਾ ਅਤੇ ਆਉਣ ਵਾਲੇ ਟਾਈਮ 'ਚ ਕਰਾਰਾ ਜਵਾਬ ਦਊਗਾ ਇਹਨਾਂ। ਮੈਂ ਸਮਝ ਗਿਆ ਤੁਹਾਡਾ ਸਵਾਲ। ਨੰਬਰ 1, ਅਲਾਇੰਸ ਹੋਇਆ ਕਿਉਂ ਹੈ? ਕਿਉਂਕਿ ਦੇਸ਼ ਦੇ ਲੋਕਤੰਤਰ ਨੂੰ, ਦੇਸ਼ ਦੇ ਸੰਵਿਧਾਨ ਨੂੰ ਅਤੇ ਦੇਸ਼ ਨੂੰ ਖਤਰਾ ਬਣ ਚੁੱਕਿਆ ਸੀਗਾ। ਆਪਣਾ ਆਪਾਂ ਇਹ ਚੀਜ਼ ਦੇਖੀ ਹੈ, ਸਿਰਫ ਸੋਚੀ ਨਹੀਂ ਹੈ, ਸਾਡਾ IPC ਬਦਲਤਾ, ਸਾਡਾ ਐਵੀਡੈਂਸ ਐਕਟ ਬਦਲਤਾ, ਸਾਡਾ CRPC ਬਦਲਤਾ, ਸਾਡਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰ ਰਹੇ ਹੈ, ਰਿਜ਼ਰਵੇਸ਼ਨ ਦੇ ਖਿਲਾਫ ਹੈ। ਕਾਸਟ ਸੈਂਸਸ ਪਿਛਲੇ 10 ਸਾਲਾਂ 'ਚ BJP ਨੇ ਨਹੀਂ ਕਰਾਇਆ, RSS ਦੇ ਜਿਹੜੇ ਚੀਫ ਨੇ ਮੋਹਨ ਭਗਵਤ ਸਾਹਿਬ, ਔਰਗਨਾਈਜ਼ਰ ਨੂੰ ਅਤੇ ਪੰਚ ਜਣਿਆਂ ਨੂੰ September 2015 ਦੇ ਵਿੱਚ ਇੰਟਰਵਿਊ ਦਿੱਤਾ ਜਨਾਬ ਨੇ, ਅਤੇ ਰਿਜ਼ਰਵੇਸ਼ਨ ਰੀਕਨਸਿਡਰ ਹੋਣੀ ਚਾਹੀਦੀ ਹੈ ਕਿਹਾ। RSS ਦੇ ਪਬਲਿਸਿਟੀ ਚੀਫ ਮਨਮੋਹਨ ਵੈਦਿਆ ਜੀ, ਉਹਨਾਂ ਨੇ ਕੀ ਕਿਹਾ ਜੀ, ਕਹਿੰਦੇ ਰਿਜ਼ਰਵੇਸ਼ਨ ਇਕੁਆਲਿਟੀ ਦੇ ਖਿਲਾਫ ਹੈ, ਨਹੀਂ ਹੋਣੀ ਚਾਹੀਦੀ, ਇਹ RSS ਕਹਿ ਰਹੀ ਹੈ। ਅਤੇ RSS ਦੇ ਗੁਲਵਲਕਰ ਜੀ ਨੇ ਆਪਦੀ ਕਿਤਾਬ 'ਚ ਲਿਖਿਆ ਸੀਗਾ ਕਿ ਕਾਸਟ ਦੇ ਬੇਸਿਸ 'ਤੇ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ। ਸੋ ਮੈਨੂੰ ਦੱਸੇ BJP ਅਤੇ ਬਿੱਟੂ ਸਾਹਿਬ ਤੋਂ ਪੁੱਛ ਲਿਓ, ਤੁਸੀਂ ਤਾਂ ਆਪਣਾ ਦਮਖਮ ਰੱਖਦੇ, ਉਹਨਾਂ ਨੂੰ ਪੁੱਛੋ ਸਵਾਲ ਕਿ ਆਹ ਜਿਹੜੇ ਤੁਹਾਡੇ ਭਗਵਤ ਸਾਹਿਬ, ਗੁਲਵਲਕਰ ਸਾਹਿਬ, ਵੈਦਿਆ ਸਾਹਿਬ, ਆ ਸਾਰੇ ਲੀਡਰਾਂ ਦੇ ਜਿਹੜੇ ਬਿਆਨ ਨੇ, ਕੀ ਬਿੱਟੂ ਸਾਹਿਬ ਉਹਨਾਂ ਨਾਲ ਸਹਿਮਤ ਹੋ? ਨੋ, ਮੇਰਾ ਇੱਥੋਂ ਓਪਨ ਚੈਲੇਂਜ ਹੈ, ਇਹਦਾ ਜਵਾਬ ਦੇ ਦੇਣ ਬਿੱਟੂ ਸਾਹਿਬ ਕਿ ਇਹ ਸਟੇਟਮੈਂਟਸ ਨੂੰ ਵੈਲਕਮ ਕਰਦੇ ਹੈ ਜਾਂ ਇਹ ਸਟੇਟਮੈਂਟਸ ਨੂੰ ਕੰਡੈਮ ਕਰਦੇ। ਇੰਨੀ ਗੱਲ ਦਾ ਜਵਾਬ ਲੈ ਲਿਓ, ਅਤੇ ਨਾਲੇ ਮੈਂ ਦੂਜੀ ਗੱਲ ਦੱਸਦਾ ਕਿ ਪੰਜਾਬ 'ਚ ਕਿਉਂ ਨਹੀਂ ਅਲਾਇੰਸ, ਕਿਉਂਕਿ ਪੰਜਾਬ 'ਚ ਨਫ਼ਰਤ ਦੀ ਦੁਕਾਨ ਨੂੰ ਪੱਕੇ ਤੌਰ 'ਤੇ ਸ਼ਟਰ ਲੱਗਿਆ ਹੋਇਆ ਹੈ।
ਪੰਜਾਬ 'ਚ ਜਲਦੀ ਕਿਤੇ ਇਹਨਾਂ ਦੀਆਂ 2 ਸੀਟਾਂ ਤੋਂ ਵੱਧ ਆਉਣਗੀਆਂ ਨਹੀਂ। ਕਦੇ 1.5 ਸੀਟ 'ਤੇ ਹੁੰਦੇ ਆ, ਕਦੇ 2.5 ਸੀਟ 'ਤੇ ਹੁੰਦੇ ਆ, ਐਤਕੀ 0 'ਤੇ ਆ ਜਾਣਗੇ। ਤੁਸੀਂ ਮੂਡ ਆਫ ਦ ਨੇਸ਼ਨ ਸਰਵੇ ਦੀ ਗੱਲ ਕਰ ਲਓ, ਤੁਸੀਂ ABP ਨਿਊਜ਼ 18 ਜਿੰਨੇ ਮਰਜ਼ੀ ਸਰਵੇ ਪੋਲਸ ਚੱਕ ਕੇ ਦੇਖ ਲਓ, ਸਾਰੇ ਇੱਕੋ ਗੱਲ ਕਹਿ ਰਹੇ ਆ, ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ, ਦੂਜੇ 'ਤੇ ਆਮ ਆਦਮੀ ਪਾਰਟੀ, ਤੀਜੇ ਚੌਥੇ 'ਤੇ ਜਿਹੜੇ ਪੁਰਾਣੇ ਐਲਾਈਜ਼ ਪੁਰਾਣੇ ਭਾਈਵਾਲ ਸੀਗੇ, 9 ਮਾਸ ਦਾ ਰਿਸ਼ਤਾ, ਹਾਲਾਂਕਿ ਅੱਜ ਵੀ ਅੰਡਰ ਦਾ ਟੇਬਲ ਹੈ, 0-2, 0-2 3rd-4th 'ਤੇ ਆਈਡੀਓਲੋਜੀ ਵੀ ਮਿਲਦੀ ਹੈ, ਸੀਟਾਂ ਵੀ ਮਿਲਦੀਆਂ, ਕੋਲੇ 1.5, ਦੂਜੇ ਕੋਲੇ 2.5, ਸੋਚ ਵੀ ਮਿਲਦੀ ਹੈ, ਇੱਕ ਕਿਸਾਨ ਵਿਰੋਧੀ, ਆਪਣਾ ਇੱਕ ਨੇ ਖੇਤੀ ਕਾਨੂੰਨ ਬਣਾਏ ਕਾਲੇ ਜਿਹਦੇ ਕਰਕੇ 700 ਕਿਸਾਨ ਸ਼ਹੀਦ ਹੋਏ, ਦੂਜੇ ਨੇ ਉਹਦੇ ਹੱਕ ਦੇ ਵਿੱਚ ਵੀਡੀਓਜ਼ ਬਣਾਈਆਂ। ਸੋ ਪੰਜਾਬ 'ਚ ਤਾਂ ਗੱਠਜੋੜ ਦੀ ਲੋੜ ਨਹੀਂ, ਪਰ ਜੋ ਤੁਸੀਂ ਸਟੈਂਡ ਦੀ ਗੱਲ ਕਰਦੇ ਹੋ, ਮੈਂ ਤੁਹਾਨੂੰ ਲੌਜਿਕ ਦਿੰਦਾ। ਇੱਕ ਤਾਂ ਭਾਰਤੀ ਜਨਤਾ ਪਾਰਟੀ ਨੂੰ ਪੁੱਛ ਲਿਓ ਕਿ ਹਰਿਆਣੇ 'ਚ ਕੀ ਤੁਹਾਡਾ SYL 'ਤੇ ਸੇਮ ਸਟੈਂਡ ਹੈ, ਹਰਿਆਣਾ BJP ਦਾ ਜਿਹੜਾ ਯੂਨਿਟ ਹੈ ਕਿ ਉਹ ਕਹੂਗਾ ਕਿ SYL ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ, ਕਿ BJP ਦਾ ਹਰਿਆਣਾ ਯੂਨਿਟ ਨਹੀਂ ਕਹਿੰਦਾ ਕਿ SYL ਦਾ ਪਾਣੀ ਹਰਿਆਣੇ ਨੂੰ ਜਾਵੇ, ਕਿ ਇਹਨਾਂ ਦੇ 2 ਸਟੈਂਡ ਵੱਖਰੇ ਨਹੀਂ ਹੈ, ਪੰਜਾਬ BJP ਦੇ ਅਤੇ ਹਰਿਆਣਾ BJP ਦੇ? ਆਮ ਆਦਮੀ ਪਾਰਟੀ ਨੂੰ ਪੁੱਛ ਲਓ, ਆਮ ਆਦਮੀ ਪਾਰਟੀ ਜਿਹੜਾ ਪੰਜਾਬ ਯੂਨਿਟ ਆ ਉਹਦਾ SYL 'ਤੇ ਸਟੈਂਡ ਹੋਰ ਹੈ, ਅਤੇ ਹਰਿਆਣਾ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਯੂਨਿਟ ਹੈ SYL 'ਤੇ ਸਟੈਂਡ ਹੋਰ ਹੈ। ਸੋ ਫੈਡਰਲ ਸਟਰਕਚਰ ਹੈ, ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ, ਕਾਂਗਰਸ ਇਜ਼ ਅ ਨੈਸ਼ਨਲ ਪਾਰਟੀ, ਸਟੇਟ ਯੂਨਿਟਸ ਵੱਖਰੇ ਹੁੰਦੇ ਹੈ ਅਤੇ ਹੋਰ ਯੂਨਿਟਸ ਵੱਖਰੇ ਹੁੰਦੇ ਹੈ। ਸੋ ਦੇਅਰਫੋਰ ਕਹਿਣ ਦਾ ਭਾਵ ਕਿ ਦੇਸ਼ ਵੀ ਬਚੂਗਾ, ਲੋਕਤੰਤਰ ਵੀ ਬਚੂਗਾ, ਸੰਵਿਧਾਨ ਵੀ ਬਚੂਗਾ, ਅਤੇ ਇੰਡੀਆ ਅਲਾਇੰਸ ਦੀ ਸਰਕਾਰ ਵੀ ਬਣੂਗੀ, ਅਤੇ ਤੁਸੀਂ ਦੇਖੋਗੇ ਬਹੁਤ ਜਲਦ ਨਫ਼ਰਤ ਦੀ ਦੁਕਾਨ ਜਿਹੜੀ ਹੈਗੀ ਆ ਪੂਰੇ ਦੇਸ਼ 'ਚ ਉਹਨੂੰ ਸ਼ਟਰ ਲਾਵਾਂਗੇ, ਜਿਵੇਂ ਪਹਿਲਾਂ ਹਿਮਾਚਲ, ਕਰਨਾਟਕਾ, ਤੇਲੰਗਾਨਾ 'ਚ ਲਾਇਆ। ਦੇਖੋ ਗੱਲ ਇਹ ਹੈ ਕਿ ਬੈਂਸ ਸਾਹਿਬ ਨੇ ਗੱਲ ਇੱਕ ਬੜੀ ਕਲੀਅਰ ਸ਼ਬਦਾਂ 'ਚ ਕਹੀ ਹੈ, ਬੈਂਸ ਸਾਹਿਬ ਨੇ ਜਿਹੜੀ ਇਹਦੀ ਔਥੈਂਟਿਸਿਟੀ ਹੈ, ਉਹਨਾਂ ਨੇ ਕਿਹਾ ਕਿ ਇਹਦੀ ਪੂਰੀ ਔਥੈਂਟਿਸਿਟੀ ਹੈ, ਹੀ ਹੈਜ਼ ਵਾਊਚ ਫੋਰ ਦੀ ਔਥੈਂਟਿਸਿਟੀ ਆਫ ਦੈਟ ਆਡੀਓ। ਦੂਜੀ ਗੱਲ, ਬੈਂਸ ਸਾਹਿਬ ਨੇ ਇਹ ਤੱਕ ਕਿਹਾ ਵੀ ਜੇ ਆਡੀਓ 'ਚ ਐਡੀਟਿੰਗ ਹੋਈ ਤਾਂ ਮੇਰੇ ਖਿਲਾਫ਼ ਪਰਚਾ ਦੇ ਦਿਓ। ਪਰ ਬਿੱਟੂ ਸਾਹਿਬ ਜਿਹੜਾ ਉਹ ਬਾਈਟ ਦੇ ਰਹੇ ਸੀਗੇ, ਜੋ ਤੁਸੀਂ ਪੁੱਛ ਰਹੇ ਸੀ ਸਾਡੇ ਭਰਾ, ਕਿ ਉਹਨਾਂ ਨੇ ਇੱਕ ਦਫ਼ਾ ਵੀ ਕਿਹਾ ਵੀ ਮੈਂ ਨਹੀਂ ਬੋਲ ਰਿਹਾ, ਕਿਹਾ ਉਹਨਾਂ ਨੇ? ਨਹੀਂ ਕਿਹਾ ਨਾ। ਸੋ ਪੁੱਛੋ ਉਹਨਾਂ ਨੂੰ ਵੀ ਬਿੱਟੂ ਸਾਹਿਬ ਇਹ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਉਹਦਾ ਸਮਾਂ ਦੀ ਕਹਿ ਰਹੇ ਸੀਗੇ, ਮੈਂ ਤਾਂ ਸਭ ਨੂੰ ਵੈਲਕਮ ਕਰਦਾ ਜੀ ਪਾਰਟੀ 'ਚ ਆਉਣ ਲਈ, ਮੈਂ ਤਾਂ ਸਭ ਨੂੰ ਵੈਲਕਮ ਕਰਦਾ। ਦੇਖੋ ਗੱਲ ਇਹ ਹੈ, ਹੁਣ BJP 'ਚ ਕੌਣ ਜਾਣਾ ਚਾਹੂਗਾ ਜੀ? ਸਭ ਨੂੰ ਪਤਾ ਡੁੱਬਦਾ ਜਹਾਜ਼ ਹੈ, ਸਿੰਕਿੰਗ ਸ਼ਿਪ ਹੈ, ਤੁਸੀਂ ਤਾਂ ਹਮ ਤੋਂ ਡੁੱਬੇਗੇ ਸਨਮ, ਤੁਮੇ ਤੋਂ ਲੇ ਡੁੱਬੇਗੇ, ਉਹ ਤਾਂ ਹੋ ਗਿਆ ਤੁਹਾਡੇ ਨਾਲ, ਦੂਜਿਆਂ ਨਾਲ ਨਾ ਕਹਿਣ ਲਈ ਬਿੱਟੂ ਸਾਹਿਬ ਕਰਾਓ, ਦੂਜਿਆਂ ਦਾ ਜਿਹੜਾ ਫਿਊਚਰ ਹੈ, ਦੂਜਿਆਂ ਦਾ ਕਰੀਅਰ ਹੈ, ਉਹਨੂੰ ਜਿਉਂਦਾ ਰਹਿਣ ਦਿਓ, ਕੋਈ ਆਪਣਾ ਮਤਲਬ ਦੂਜਿਆਂ ਦਾ ਵੀ ਸੋਚੀਦਾ। ਹੁਣ ਸਾਨੂੰ ਪਤਾ ਹੈ ਕਿ ਤੁਹਾਨੂੰ ਅਹਿਸਾਸ ਹੋ ਗਿਆ ਕਿ ਗਲਤੀ ਹੋ ਗਈ ਹੈ, ਲੇਕਿਨ ਇਹ ਗਲਤੀ ਦਾ ਜਿਹੜਾ ਪ੍ਰਾਸ਼ਚਿਤ ਹੈ ਨਾ, ਇਹ ਤੁਹਾਨੂੰ ਉੱਥੇ ਰਹਿ ਕੇ ਕਰਨਾ ਪੈਣਾ, ਕਾਂਗਰਸ ਦੇ ਦਰਵਾਜ਼ੇ ਨਹੀਂ ਤੁਹਾਡੇ ਲਈ ਕਦੇ ਖੁੱਲ੍ਹਣਗੇ, ਬਿਕੋਜ਼ ਯੂ ਹੈਵ ਸਟੈਬਡ ਅਸ ਇਨ ਦ ਬੈਕ। ਸਰ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜੀ ਆਈਡੀਓਲੋਜੀ ਹੈਗੀ ਹੈ ਉਹ ਕਾਂਗਰਸ ਦੇ ਨਾਲ ਮੈਚ ਨਹੀਂ ਕਰਦੀ ਪੰਜਾਬ ਦੇ, ਇਸ ਕਰਕੇ ਅਸੀਂ ਉਹਨਾਂ ਨੂੰ ਅਲੱਗ ਰੱਖਿਆ ਆ। ਜੇਕਰ ਆਮ ਆਦਮੀ ਪਾਰਟੀ ਦੇ MP ਇੱਥੇ ਜਿੱਤਦੇ ਨੇ, ਉਹ ਜਾ ਕੇ ਕਿਹਦੇ ਪਿੱਛੇ ਬੈਠਣਗੇ? ਉਹ ਆਪਣੀ ਕੁਰਸੀ ਅਲੱਗ ਅਲੱਗ ਡਾ ਕੇ ਬੈਠਣਗੇ, ਉਹ ਪਿੱਛੇ ਬੈਠਣਗੇ ਇੰਡੀਆ ਗਠਬੰਧਨ ਜੀ ਦੇ ਖਾਤੇ ਜਾਈ? ਉਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਦਾ। ਦੇਖੋ ਨੰਬਰ 1, ਇਹ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛ ਕੇ ਦੇਖਿਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ MP ਬਣੂਗਾ, ਜੇ ਬਣ ਗਿਆ, ਵੈਸੇ ਤੁਸੀਂ ਤਾਂ ਨਹੀਂ ਪੁੱਛਦੇ, ਮੈਨੂੰ ਪਤਾ ਕਿਉਂ ਨਹੀਂ ਪੁੱਛਦੇ, ਕਿਉਂਕਿ ਤੁਹਾਨੂੰ ਪਤਾ, ਇੱਕ ਮਿੰਟ ਬ੍ਰਦਰ, ਤੁਸੀਂ ਤਾਂ ਨਹੀਂ ਪੁੱਛਦੇ ਕਿਉਂਕਿ ਤੁਹਾਨੂੰ ਪਤਾ SCD ਦਾ MP ਇੱਕ ਵੀ ਨਹੀਂ ਬਣਨਾ, ਤਾਂ ਕਰਕੇ ਸਵਾਲ ਹੀ ਨਹੀਂ ਕੀਤਾ ਵੀ ਕਿਹੜੇ ਪਾਸੇ ਬੈਠੋਗੇ ਭਾਈ। ਅਤੇ ਦੂਜੀ ਗੱਲ ਆਪਾਂ ਇੱਕ ਸੈਂਟ, ਮੈਂ ਥੋੜ੍ਹੀ ਸਮਝ ਗਿਆ ਤੁਹਾਡਾ ਸਵਾਲ, ਸਮਝ ਗਿਆ, ਜਵਾਬ ਦੇ ਰਿਹਾ। ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਇਹ ਪੁੱਛੋ ਵੀ ਚੰਡੀਗੜ੍ਹ ਮੇਅਰ ਪੋਲ ਹੋਇਆ ਸੀਗਾ, ਸ਼੍ਰੋਮਣੀ ਅਕਾਲੀ ਦਲ ਨੇ BJP ਦੇ ਹੱਕ 'ਚ ਵੋਟ ਕਿਉਂ ਪਾਈ? ਪੁੱਛ ਲਿਓ ਜਰਾ। ਆ ਜਿਹੜੀ SAD ਬਚਾਓ ਯਾਤਰਾ ਕੀਤੀ ਸੀਗੀ, BJP ਦੇ ਖਿਲਾਫ਼ ਇੱਕ ਵੀ ਲਫ਼ਜ਼ ਕਿਉਂ ਨਹੀਂ ਬੋਲਿਆ? ਪੁੱਛ ਲਿਓ ਜ਼ਰਾ। ਅਤੇ ਇਹ ਵੀ ਪੁੱਛ ਲਿਓ ਕਿ ਜਿਹੜਾ ਤੁਹਾਡਾ ਸਟੈਂਡ ਸੀਗਾ ਮਰਸੀ ਪਟੀਸ਼ਨ 'ਤੇ,
ਕਿਸਾਨਾਂ ਤੇ ਹੋਰ ਚੀਜ਼ਾਂ ਤੇ ਨੈਗੋਸ਼ੀਏਟਿੰਗ ਟੇਬਲ ਤੇ ਬਹਿੰਦੇ ਰਹੇ ਹੈ। ਬੀਜੇਪੀ ਦੇ ਨਾਲ ਅਮਿਤ ਸ਼ਾਹ ਸਾਹਿਬ ਦੇ ਵੀ ਬਿਆਨ ਆਏ, ਕੈਪਟਨ ਸਾਹਿਬ ਦਾ ਵੀ ਬਿਆਨ ਹੈ। ਕੈਪਟਨ ਸਾਹਿਬ ਤਾਂ ਕਹਿੰਦੇ ਸੀ ਗੱਠਜੋੜ ਇਮੋਸ਼ਨ ਹੈ ਪੰਜਾਬ ਦਾ, ਉਹ ਇਮੋਸ਼ਨ ਹਵਾ 'ਚ ਹੀ ਉੱਡ ਗਿਆ ਜੀ, ਕਿੱਧਰ ਗਿਆ ਇਮੋਸ਼ਨ? ਸੋ ਪੰਜਾਬ ਦੇਖ ਰਿਹਾ ਤੇ ਪੰਜਾਬ ਇਹਦਾ ਜਵਾਬ ਦਊਗਾ। ਦੇਖੋ, ਆਮ ਆਦਮੀ ਪਾਰਟੀ ਦੇ ਐਮ ਪੀ ਜਿਹੜੇ ਹੈ ਉਹ ਆਪਣੀ ਪਾਰਟੀ ਨਾਲ ਬੈਠਣਗੇ। ਮੈਂ ਲੇਕਿਨ ਤੁਹਾਨੂੰ ਮੈਂ ਗੱਲ ਦੱਸਾਂ, ਇੱਕ ਸਿੰਪਲ ਜੀ ਗੱਲ ਸੁਣੋ। ਇੰਡੀਆ ਇਜ਼ ਅ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਨਾਟ ਅ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ। ਲੋਕ ਆਪਦੇ ਐਮ ਪੀ ਚੁਣਦੇ ਹੈ, ਐਮ ਪੀ ਉਹਨਾਂ ਦੀ ਸਮੱਸਿਆ ਦਾ ਹੱਲ ਕੱਢਦੇ ਹੈ। ਦੂਜੀ ਗੱਲ, ਦੇਸ਼ ਬਚਾਉਣਾ, ਸੰਵਿਧਾਨ ਬਚਾਉਣਾ ਜ਼ਰੂਰੀ ਹੈ। ਦੇਰਫੋਰ ਇੰਡੀਆ ਅਲਾਇੰਸ ਦੋ ਪਾਰਟੀ ਦਾ ਅਲਾਇੰਸ ਨਹੀਂ ਹੈ ਜਾਂ ਦੋ ਸੂਬਿਆਂ ਦਾ, ਇਹ 28 ਪਾਰਟੀਜ਼ ਦਾ, 28 ਸਟੇਟਸ ਦੇ ਵਿੱਚ ਅਤੇ ਇਹ ਅਲਾਇੰਸ ਹੈਗਾ। ਅਤੇ ਆਈ ਓਨਲੀ ਵਾਂਟ ਟੂ ਸੇ ਦਿਸ ਵਨ ਥਿੰਗ ਕਿ ਤੁਸੀਂ ਦੇਖੋਗੇ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਨਾਲ ਵਿਤਕਰਾ ਕੀਤਾ, ਦੇਸ਼ ਦੇ ਜਿਹੜੇ ਸਟੇਟਸ ਖਾਸ ਕਰਕੇ ਓਪੋਜੀਸ਼ਨ ਰੂਲ ਸਟੇਟਸ ਆ ਉਹਨਾਂ ਨਾਲ ਵਿਤਕਰਾ ਕੀਤਾ। ਓਪੋਜੀਸ਼ਨ ਰੂਲ ਸਟੇਟਸ ਦਾ ਜਵਾਬ ਦੇਣਗੀਆਂ ਦੇਣਗੀਆਂ, ਲੇਕਿਨ ਉਹਨਾਂ ਦੇ ਆਪਦੇ ਲੀਡਰ ਸ਼ਿਵਰਾਜ ਚੌਹਾਨ ਵਰਗੇ, ਵਸੁੰਧਰਾ ਰਾਜੇ ਵਰਗੇ, ਖੱਟਰ ਸਾਹਿਬ ਵਰਗੇ ਅਤੇ ਨਿਤਿਨ ਗਡਕਰੀ ਵਰਗੇ ਵੀ ਜਵਾਬ ਦੇਣਗੇ ਭਾਰਤੀ ਜਨਤਾ ਪਾਰਟੀ ਨੂੰ। ਉੱਥੇ ਇਨਸਿਕਿਉਰਿਟੀ ਇੰਨੀ ਹੈ, ਮੋਦੀ ਸਾਹਿਬ ਚਾਹੁੰਦੇ ਨਹੀਂ ਵੀ ਉਹਨਾਂ ਇਲਾਵਾ ਕੋਈ ਹੋਰ ਪਾਵਰਫੁੱਲ ਬਣੇ, ਅਤੇ ਤਾਂ ਕਰਕੇ ਉਹਨਾਂ ਨੇ ਸਾਰੇ ਲੀਡਰਸ ਜਿਨ੍ਹਾਂ ਨੇ ਸੂਬੇ ਜਿੱਤ ਕੇ ਵੀ ਦਿੱਤੇ ਉਹਨਾਂ ਨੂੰ ਵੀ ਸਾਈਡਲਾਈਨ ਕਰਤਾ। ਲੇਕਿਨ ਉਹ ਲੀਡਰਸ ਦਾ ਜਿਹੜਾ ਰੋਸ ਹੈ, ਉਹ ਲੀਡਰਸ ਦਾ ਜਿਹੜਾ ਕੰਸਰਨ ਹੈ, ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਚਾਹੁੰਦੇ ਮੋਦੀ ਸਾਹਿਬ ਬਣਨ? ਇਹ ਤਾਂ ਨੋਨ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਹੈਗਾ, ਉਹਨਾਂ 'ਚ ਕਦੇ ਕਿਸੇ ਨੂੰ ਪੁੱਛਦੇ ਕਰਦੇ ਨਹੀਂ ਵੀ ਜੀ ਕੈਂਡੀਡੇਟ ਕੌਣ ਹੋਣਾ ਚਾਹੀਦਾ, ਫੇਸ ਕੌਣ ਹੋਣਾ ਚਾਹੀਦਾ। ਨਾ ਕੋਈ ਮੀਟਿੰਗ ਹੁੰਦੀ ਹੈ, ਕਿਉਂਕਿ ਡਿਕਟੇਟਰਸ਼ਿਪ ਦੀ ਆਦਤ ਹੈ ਨਾ ਜੀ, ਫਤਵਾ ਸੁਣਾਉਂਦੇ ਹੈ ਅਤੇ ਸਭ 'ਤੇ ਥੋਪਿਆ ਜਾਂਦਾ, ਜੇ ਨਹੀਂ ਕੋਈ ਫੋਲੋ ਕਰਦਾ ਤਾਂ ਕੱਢ ਕੇ ਬਾਹਰ ਮਾਰਦੇ ਹੈ। ਸਾਡਾ ਇੰਡੀਆ ਅਲਾਇੰਸ ਡੈਮੋਕ੍ਰੈਟਿਕ ਸੈਟਅਪ ਹੈ, ਦੇਸ਼ ਹੈਗਾ। ਪੰਜਾਬ 'ਚ ਤਾਂ ਨਹੀਂ, ਕਿਉਂਕਿ ਨਫ਼ਰਤ ਦੀ ਦੁਕਾਨ ਪੱਕੇ ਤੌਰ 'ਤੇ ਬੰਦ ਹੈ। ਇੱਥੇ ਬੀਜੇਪੀ ਦੀ ਕੋਈ ਐਗਜ਼ਿਸਟੈਂਸ ਨਹੀਂ, ਨਾ ਕਦੇ ਹੋਊਗੀ 20-25 ਸਾਲਾਂ ਲਈ। ਸੋ ਦੇਅਰਫੋਰ ਤੁਸੀਂ ਦੇਖੋਗੇ ਕਿ ਦੇਸ਼ 'ਚ ਵੀ ਜਿੱਤਾਂਗੇ ਅਤੇ ਪੰਜਾਬ 'ਚ ਵੀ ਜਿੱਤਾਂਗੇ। ਸਰ, ਤੁਸੀਂ ਮੁਹੱਬਤ ਦੀ ਦੁਕਾਨ ਦੀ ਗੱਲ ਕਰ ਰਹੇ ਹੋ, ਖਹਿਰਾ ਸਾਹਿਬ ਨੇ ਜਿਹੜਾ ਕਿਹਾ ਪੂਰਵਾਂਚਲੀਆਂ ਵਾਸਤੇ, ਕੀ ਹੈ ਜੋ ਬਿਹਾਰ ਯੂਪੀ ਵਾਲੇ ਆ ਰਹੇ ਨੇ ਉਹਨਾਂ ਨੂੰ ਹਟਾਓ, ਉਹਦੇ ਬਾਰੇ ਤੁਹਾਡਾ ਕੀ? ਦੇਖੋ, ਗੱਲ ਇਹ ਹੈ, ਗੱਲ ਹੈ ਨਜ਼ਰੀਏ ਦੀ। ਆਪਾਂ ਇੱਕ ਚੀਜ਼ ਦੇਖੀਏ ਕਿ ਹਰਿਆਣਾ ਦੀ ਜਿਹੜੀ ਸਰਕਾਰ ਹੈ, ਕਿ ਹਰਿਆਣਾ ਦੀ ਸਰਕਾਰ ਨੇ ਕਦੇ ਨਹੀਂ ਜ਼ਿਕਰ ਕੀਤਾ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਹਰਿਆਣਾ ਦੇ ਲੋਕਾਂ ਲਈ। ਹੁਣ ਜਿਵੇਂ ਪੰਜਾਬ ਦੇ ਲੋਕ ਹੈ ਜੀ, ਸਿੰਪਲ ਜੀ ਗੱਲ ਜੋ ਖਹਿਰਾ ਸਾਹਿਬ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਇਹ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹਨਾਂ ਨੂੰ ਆਪਾਂ ਮੇਕ ਸ਼ੋਰ ਕਰੀਏ ਕਿ ਜੋਬਸ ਮਿਲਣ, ਉਹਨਾਂ ਨੂੰ ਆਪਾਂ ਮੇਕ ਸ਼ੋਰ ਕਰੀਏ ਕਿ ਇੰਪਲੋਇਮੈਂਟ ਮਿਲੇ। ਦੇ ਸ਼ੁੱਡ ਬੀ ਅਕੋਮੋਡੇਟਿਡ, ਦੇ ਸ਼ੁੱਡ ਬੀ ਫੈਸਿਲੀਟੇਟਿਡ, ਦੇ ਸ਼ੁੱਡ ਬੀ ਪ੍ਰਾਇਓਰਟਾਈਜ਼ਡ, ਕਿਉਂਕਿ ਪੰਜਾਬੀ ਜੇ ਪੰਜਾਬੀ ਦੇ ਨਾਲ ਨਹੀਂ ਖੜੂਗਾ, ਕੰਮ ਨਹੀਂ ਆਊਗਾ ਤਾਂ ਕੌਣ ਖੜੂਗਾ? ਕਿਉਂਕਿ ਬੀਜੇਪੀ ਤਾਂ ਕਦੇ ਖੜਦੀ ਨਹੀਂ, ਨਾ ਪੰਜਾਬ ਨਾਲ, ਆ ਪੰਜਾਬੀਆਂ ਨਾਲ, ਨਾ ਕਿਸਾਨਾਂ ਨਾਲ। ਅਤੇ ਜੇ ਅਸੀਂ ਨਹੀਂ ਮੇਕ ਸ਼ੋਰ ਕਰਾਂਗੇ ਕਿ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਦੇ ਬੰਦਾ ਨਾਲ ਖੜੀਏ, ਤਾਂ ਫਿਰ ਕੌਣ ਕਰੂਗਾ? ਸੋ ਅਸੀਂ ਕੱਲ੍ਹ ਵੀ ਖੜੇ ਸੀ, ਅੱਗੇ ਵੀ ਖੜੇ ਰਹਾਂਗੇ। ਕਹਿਣ ਦਾ ਮਤਲਬ ਹੈ ਕਿ ਪੰਜਾਬੀ ਪੰਜਾਬੀ ਦੇ ਨਾਲ ਖੜਾ ਸੀਗਾ, ਖੜਾ ਹੈਗਾ ਅਤੇ ਖੜਾ ਰਹੂਗਾ। ਜਿਹੜੇ ਨਹੀਂ ਖੜੇ ਉਹਨਾਂ ਨੂੰ ਜਵਾਬ ਮਿਲ ਜੂਗਾ। ਮੈਂ ਤੁਹਾਨੂੰ ਜਵਾਬ ਦੇ ਤਾ ਜੀ, ਤੁਸੀਂ ਸਵਾਲ ਆਪਦੇ ਹਿਸਾਬ ਨਾਲ ਕੀਤਾ, ਮੈਂ ਜਵਾਬ ਆਪਦੇ ਹਿਸਾਬ ਨਾਲ ਦਊਂਗਾ ਕਿ ਵੀ ਆਰ ਆਲਵੇਜ਼ ਦੇਅਰ ਫੋਰ ਆ ਫੈਲੋ ਸਿੱਖਸ, ਆ ਫੈਲੋ ਬ੍ਰਦਰਨ, ਅਤੇ ਅਸੀਂ ਹਮੇਸ਼ਾ ਮੇਕ ਸ਼ੋਰ ਕਰਾਂਗੇ ਕਿ ਪੰਜਾਬੀ ਦੀ ਆਵਾਜ਼ ਪਾਰਲੀਮੈਂਟ 'ਚ ਤਾਂ ਚੱਕੀ ਜਾਵੇ। ਲੇਕਿਨ ਜਦੋਂ ਜਦੋਂ ਇਹ ਧੱਕਾ ਕਰਨਗੇ ਬੀਜੇਪੀ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ, ਸੜਕ ਤੋਂ ਲੈ ਕੇ ਸੰਸਦ ਤੱਕ ਤੁਹਾਡੀ ਆਵਾਜ਼ ਬਣਾਂਗੇ ਅਸੀਂ।
ਦੇਖੋ ਗੱਲ ਇਹ ਹੈ, ਨਹੀਂ ਮੈਂ ਤੁਹਾਨੂੰ ਜਵਾਬ ਦਿੰਦਾ ਇਹਦਾ। ਦੇਖੋ ਬੜੀ ਸਿੰਪਲ ਜੀ ਗੱਲ ਹੈ, ਪੰਜਾਬ ਦੇ ਵਿੱਚ ਮੈਂ ਤੀਜੀ ਦਫ਼ਾ ਦੱਸ ਰਿਹਾ ਕਿ ਨਾ ਤਾਂ ਅਲਾਇੰਸ ਅੱਜ ਹੈ ਨਾ ਅੱਗੇ ਹੋਊਗਾ। ਦਾ ਕਾਰਨ ਬੜਾ ਸਿੰਪਲ ਹੈ, ਸਿੰਪਲ ਜੀ ਚੀਜ਼ ਹੈ, ਸਮਝਣ ਦੀ ਕੋਸ਼ਿਸ਼ ਕਰੋ। ਮੈਂ ਬੇਨਤੀ ਕਰੂੰਗਾ ਜਾਂ ਮੇਰੇ ਭਰਾ ਥੋੜ੍ਹੀ ਜਿਹੀ ਆਵਾਜ਼ ਕਰਨ ਲਈ ਘੱਟ ਕਰ ਲੈਣ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਫਿਊਚਰ ਕੀ ਹੈ। ਕਿਸੇ ਜੋਤਸ਼ੀ ਨੂੰ ਪੁੱਛ ਲਿਓ ਜਾ ਕੇ, ਜਾਂ ਉਹ ਅੱਜ ਕੱਲ੍ਹ ਤਾਂ ਐਪਲੀਕੇਸ਼ਨਸ ਬਹੁਤ ਆ ਗਈਆਂ, ਡਾਊਨਲੋਡ ਕਰਕੇ ਬੀਜੇਪੀ ਪੁੱਛ ਲਿਓ ਫਿਊਚਰ ਪੰਜਾਬ 'ਚ। ਤੁਹਾਨੂੰ ਉਹ ਹੋ ਸਕਦਾ ਜਵਾਬ ਹੀ ਨਾ ਦੇਵੇ, ਐਮਬੈਰਸ ਹੋ ਜਾਵੇ ਵੀ ਯਾਰ ਮੈਂ ਜਵਾਬ ਕੀ ਦੇਵਾਂ, ਸੀਟ ਇਹਨਾਂ ਦੀ ਇੱਕ ਨਹੀਂ ਆਉਣੀ। ਸੋ ਦੇਅਰਫੋਰ ਅਲਾਇੰਸ ਦੀ ਲੋੜ ਸੀਗੀ ਨਹੀਂ। ਦੇਖੋ ਬੀਜੇਪੀ, ਮੈਂ ਤੁਹਾਨੂੰ ਦੱਸਿਆ ਕਿ ਰਿਜ਼ਰਵੇਸ਼ਨ ਦੇ ਖਿਲਾਫ ਹੈ, ਸੰਵਿਧਾਨ ਦੇ ਖਿਲਾਫ ਹੈ ਅਤੇ ਲੋਕਤੰਤਰ ਦੇ ਖਿਲਾਫ ਹੈ। ਅਤੇ ਮੈਂ ਤੁਹਾਨੂੰ ਉਹਦਾ ਉਦਾਹਰਣ ਦਿੱਤਾ, ਤੁਹਾਨੂੰ ਯਾਦ ਹੋਊਗਾ ਹਾਲ ਹੀ ਦੇ ਵਿੱਚ 21 ਫਾਰਮਰ ਜੱਜਸ ਨੇ, 21 ਫਾਰਮਰ ਜੱਜਸ, 4 ਫਾਰਮਰ ਸੁਪਰੀਮ ਕੋਰਟ ਦੇ ਅਤੇ 17 ਹਾਈ ਕੋਰਟਸ ਦੇ CJS ਸਾਹਿਬ ਨੂੰ ਲਿਖਿਆ ਵੀ ਪ੍ਰੈਸ਼ਰ ਮਾਊਂਟ ਹੋ ਰਿਹਾ ਜੁਡੀਸ਼ਰੀ 'ਤੇ। ਦੂਜੀ ਗੱਲ, ਇੱਦੋਂ ਪਹਿਲਾਂ 600 ਵਕੀਲਾਂ ਨੇ CJS ਸਾਹਿਬ ਨੂੰ ਲਿਖਿਆ ਇਹੀ ਚੀਜ਼ ਦੇ ਮਤਲਬ। ਉਦੋਂ ਪਹਿਲਾਂ 4 ਸਿਟਿੰਗ ਜੱਜਸ ਨੇ ਪ੍ਰੈਸ ਕਾਨਫਰੰਸ ਕੀਤੀ, ਕਦੇ ਸੁਣਿਆ ਸੀਗਾ, ਦੇਖਿਆ ਸੀਗਾ ਉਹ ਕਿਉਂ ਕਰਨੀਆਂ ਪੈ ਰਹੀਆਂ ਅਤੇ ਕਿਉਂ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਚੰਡੀਗੜ੍ਹ ਮੇਅਰ ਪੋਲ ਦੇ ਵਿੱਚ ਲੋਕਤੰਤਰ ਦਾ ਕਤਲ ਹੋਇਆ, ਕਤਲ। ਕਦੇ ਸੁਣਿਆ ਸੀਗਾ ਆਨਰੇਬਲ ਸੁਪਰੀਮ ਕੋਰਟ ਨੂੰ ਇਹ ਗੱਲ ਕਹਿੰਦੇ? ਇਲੈਕਟੋਰਲ ਬੌਂਡ ਨੂੰ ਅਨਕੋਨਸਟੀਟਿਊਸ਼ਨਲ ਕਿਉਂ ਕਰਾਰ ਕੀਤਾ ਆਨਰੇਬਲ ਸੁਪਰੀਮ ਕੋਰਟ ਨੇ? ਕਿਉਂ ਕੀਤਾ ਜੀ? ਇਹ ਕਦੇ ਭਾਰਤੀ ਜਨਤਾ ਪਾਰਟੀ ਚਾਹੁੰਦੀ ਸੀਗੀ? ਇੱਕ ਪਾਸੇ ਸੁਪਰੀਮ ਕੋਰਟ ਕਹਿ ਰਹੀ ਹੈ ਗੈਰ ਸੰਵਿਧਾਨਕ ਹੈ, ਮੋਦੀ ਸਾਹਿਬ ਇੰਟਰਵਿਊ ਜਾ ਕੇ ਕਹਿੰਦੇ ਆ ਸਕਸੈਸ ਸਟੋਰੀ ਹੈ, ਐਜ਼ ਇਫ ਇਟ ਵਾਜ਼ ਹਿਜ਼ ਵਰਡ ਅਗੇਂਸਟ ਦ ਵਰਡ ਆਫ ਦੀ ਆਨਰੇਬਲ ਸੁਪਰੀਮ ਕੋਰਟ। ਸੋ ਮੈਂ ਇਹੀ ਗੱਲ, ਅਮਿਤ ਸ਼ਾਹ ਸਾਹਿਬ ਦੇ ਤਾਂ ਹੋਰ ਵੀ ਬੜੇ ਬਿਆਨ ਆਏ ਆ, ਸੋ ਮੈਂ ਇਹੀ ਗੱਲ ਕਹੂੰਗਾ ਕਿ ਚੈਰੀ ਪਿਕ ਨਾ ਕਰਿਆ ਕਰੋ ਸੁਪਰੀਮ ਕੋਰਟ ਦੀ ਜਜਮੈਂਟਸ ਨੂੰ। ਅ ਜਜਮੈਂਟ, ਅ ਵਰਡ ਫਰੋਮ ਦੀ ਸੁਪਰੀਮ ਕੋਰਟ ਇਜ਼ ਅ ਵਰਡ ਐਂਡ ਦੈਟ ਹੈਜ਼ ਟੂ ਬੀ ਫੋਲੋਡ, ਲਾਅ ਆਫ ਦ ਲੈਂਡ ਆਓ, ਗਾਰਡੀਅਨ ਆਫ ਦ ਕੋਨਸਟੀਟਿਊਸ਼ਨ ਹੈ। ਅਤੇ ਜੇ ਸੰਵਿਧਾਨ ਦੀ, ਲਾਅ ਦੀ, ਸੁਪਰੀਮ ਕੋਰਟ ਦੀ ਇੱਜ਼ਤ ਨਹੀਂ ਬੀਜੇਪੀ ਕਰ ਸਕਦੀ ਤਾਂ ਕਿਹਦੀ ਕਰਨਗੇ? ਥੈਂਕ ਯੂ ਸੋ ਮਚ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।